ਜੀ ਨਵੇਂ ਪਾਰਕ ਦਾ ਉਦਘਾਟਨ ਹੋ ਚੁੱਕਾ ਹੈ ਬਠਿੰਡਾ ਵਿਖੇ ਜੋ ਕਿ ਕੈਂਟ ਦੇ ਬਿਲਕੁਲ ਨਾਲ ਹੈ ਬੜਾ ਸੁੰਦਰ ਹੈ ਸਾਡਾ ਬਠਿੰਡਾ ਸਾਡਾ ਮਾਣ ਇਹਦੇ ਵਿੱਚ ਸਾਰੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਜੋ ਪਾਰਕ ਹੈ ਇਹ ਬਠਿੰਡਾ ਕੈਂਟ ਥਾਣੇ ਵਾਲੀ ਰੋਡ ਦੇ ਉੱਤੇ ਯਾਨੀ ਕਿ ਕੈਂਟ ਦੇ ਜਿਹੜੇ ਕਿ ਬਾਈਪਾਸ ਨਿਕਲੀ ਹੈ ਉਹ ਸੜਕ ਦੇ ਉੱਪਰ ਹੈ ਬਿਲਕੁਲ ਜੋ ਕਿ ਵੈਸ਼ਨੂ ਮਾਤਾ ਮੰਦਿਰ ਦੇ ਬਿਲਕੁਲ ਸਾਹਮਣੇ ਹਾਂਜੀ ਬੀਬੀ ਜੀ ਕੀ ਨਾਮ ਹੈ ਆਪਣਾ ਮਨਜੀਤ ਕੌਰ ਜੀ ਅੱਜ ਨਵਾਂ ਪਾਰਕ ਦਾ ਉਦਘਾਟਨ ਹੋਇਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਫਸਟ ਕਲਾਸ ਹੈ ਸੋਹਣੀ ਸ਼ਹਿਰ ਜਗ੍ਹਾ ਬਹੁਤ ਸੋਹਣੀ ਹੈ ਸੈਰ ਕਰਨ ਦੀ ਬਹੁਤ ਵਧੀਆ ਕੋਈ ਸਾਰਾ ਪ੍ਰਬੰਧ ਬਹੁਤ ਸੋਹਣਾ ਕੀਤਾ ਹੈ ਗ੍ਰੀਨਰੀ ਬਹੁਤ ਸੋਹਣੀ ਹੈ ਜੀ ਬੂਟੇ ਵਧੀਆ ਹੈ ਵਾਤਾਵਰਨ ਸਾਫ਼ ਹੈ ਜੀ ਮਨ ਬਹੁਤ ਖੁਸ਼ ਹੁੰਦਾ ਇੱਥੇ ਆ ਕੇ ਜੀ ਹਾਂਜੀ ਅੱਜ ਦੇ ਨਵੇਂ ਪਾਰਕ ਦਾ ਉਦਘਾਟਨ ਕੀਤਾ ਕੀ ਕਹਿਣਾ ਚਾਹੋਗੇ ਸਰ ਇਹ ਲੋਡ ਕਾਰਡ ਦੀ ਮਾਂ ਹੈ ਮੈਂ ਤਾਂ ਇੱਥੇ ਆਇਆ ਸੀ ਲੋਕ ਕਹਿੰਦੇ ਸਾਨੂੰ ਲੋੜ ਹੈ ਉੱਥੋਂ ਕਾਰਡ ਕੱਢ ਲਈ ਵੀ ਉਹਦੀ ਨਾਲ ਲੱਗਦੀ ਜਗ੍ਹਾ ਜੀ ਇਸ ਨੂੰ ਡਿਵੈਲਪ ਕਰ ਲਿਆ ਜਾਵੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਇਹ ਵਿਚਾਰ ਅੱਗੇ ਵੱਧ ਗਿਆ ਇਹ ਮੈਂ ਸਮਝਦਾ ਲੋਕਾਂ ਦੀ ਡਿਮਾਂਡ ਔਰ ਸਹੀ ਸੋਚ ਦਾ ਸਿੱਟਾ ਹੈ ਜਿਨ੍ਹਾਂ ਨੇ ਚਾਹਿਆ ਕਿ ਇੱਥੇ ਸੈਰ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਬਣਾਈ ਜਾਵੇ ਅਤੇ ਇਹ 60 ਲੱਖ ਦੀ ਲਾਗਤ ਦੇ ਨਾਲ ਜਿਹੜੀ ਬਣ ਕੇ ਅਸੀਂ ਅੱਜ ਲੋਕਾਂ ਨੂੰ ਸਮਰਪਿਤ ਕੀਤੀ ਹੈ ਆਉਣ ਵਾਲੇ ਸਮੇਂ ਜਿਹੜਾ ਇਸ ਇਲਾਕੇ ਦੇ ਲੋਕ ਇਹਦਾ ਭਰਪੂਰ ਫਾਇਦਾ ਪਾਉਣਗੇ ਅਤੇ ਮੈਂ ਇਸ ਗੱਲ ਦੀ ਨਾਲ ਵਧਾਈ ਸਿੱਧੂ ਸਾਹਿਬ ਹਾਂਜੀ ਬਾਬੇ ਕੀ ਨਾਮ ਆ ਆਪਣਾ ਜਿਹੜਾ ਨਵੇਂ ਪਾਰਕ ਦਾ ਉਦਘਾਟਨ ਹੋਇਆ ਕੀ ਕਹਿਣਾ ਚਾਹੁੰਦੇ ਬਠਿੰਡਾ ਅੱਜ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਸਰਦਾਰ ਜਤਿੰਦਰ ਭੱਲਾ ਜੀ ਦੇ ਹੁਕਮ ਸਦਕਾ ਮਾਨਯੋਗ ਸਾਡੇ ਐੱਮ ਐੱਲ ਏ ਬਠਿੰਡਾ ਸਰਦਾਰ ਜਗਜੀਤ ਸਿੰਘ ਗਿੱਲ ਜੀ ਰਹਿਨਾਈ ਦੇ ਹੇਠ ਬਠਿੰਡਾ ਸ਼ਹਿਰ ਵਿੱਚ ਬਹੁਤ ਸੋਹਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸ਼ਹਿਰ ਦੇ ਨਾਂ ਦੇ ਉੱਤੇ ਪਾਰਕ ਡਿਵੈਲਪ ਕੀਤਾ ਜਿਹੜੇ ਲੋਕਾਂ ਨੂੰ ਸੈਰ ਕਰਨ ਦੇ ਵਾਸਤੇ ਬਹੁਤ ਵਧੀਆ ਇਹ ਜਗ੍ਹਾ ਮਿਲੀ ਹੈ ਅਤੇ ਅਸੀਂ ਗਿੱਲ ਸਾਹਿਬ ਦਾ ਜਤਿੰਦਰ ਭੱਲਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੋਕਾਂ ਦੇ ਵਿੱਚ ਇਸ ਗੱਲ ਦੀ ਬਹੁਤ ਖੁਸ਼ੀ ਹੈ ਬਹੁਤ ਬਹੁਤ ਧੰਨਵਾਦ ਬਠਿੰਡਾ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਬਸ ਬਠਿੰਡੇ ਦੇ ਲੋਕਾਂ ਨੂੰ ਇਹ ਵੀ ਇਹਦੀ ਮੈਂਟੇਨ ਪ੍ਰੋਪਰ ਕੀਤੀ ਜਾਵੇ ਆਪਾਂ ਸਾਰੇ ਇਹਦੀ ਸੇਵਾ ਸੰਭਾਲ ਕਰੀਏ ਸਾਫ਼ ਸਫਾਈ ਰੱਖੀਏ ਅਤੇ ਇਸ ਨੂੰ ਵਧੀਆ ਡਿਵੈਲਪ ਰੱਖੀਏ ਇਸੇ ਤਰ੍ਹਾਂ ਜਿਵੇਂ ਬਣਿਆ ਇਹ ਫੇਰ ਹੀ ਫਾਇਦਾ ਆਪਾਂ ਨੂੰ ਇਹਨੂੰ ਆਪਾਂ ਸਾਫ਼ ਸੁਥਰਾ ਰੱਖੀਏ ਅਤੇ ਇਹਦੀ ਦੇਖ ਰੇਖ ਕਰੀਏ